ਸੂਚਨਾ ਤੇ ਪ੍ਰਸਾਰਣ ਮੰਤਰਾਲਾ ਖੇਤਰੀ ਦਫ਼ਤਰਾਂ ਦੇ ਨਾਲ ਮਿਲ ਕੇ ਇੱਕ ਵਿਸ਼ੇਸ਼ ਮੁਹਿੰਮ 4.0 ਚਲਾਏਗਾ। ਇਹ ਮੁਹਿੰਮ 2 ਤੋਂ 31 ਅਕਤੂਬਰ ਵਿਚਾਲੇ ਚਲਾਈ ਜਾਏਗੀ। ਇਸ ਮੁਹਿੰਮ ਤਹਿਤ ਦਫ਼ਤਰ ਕੰਪਲੈਕਸ ਦੀ ਸਾਫ਼ ਸਫਾਈ, ਮਾਮਲਿਆਂ ਨੂੰ ਨਿਪਟਾਉਣ, ਬਿਹਤਰ ਸਥਾਨਕ ਪ੍ਰਬੰਧਨ ਤੇ ਸੰਚਾਰ ਦੇ ਵੱਖ-ਵੱਖ ਮਾਧਿਅਮਾਂ ਰਾਹੀਂ ਜਾਗਰੂਕਤਾ ਫੈਲਾਉਣ ਤੇ ਧਿਆਨ ਦਿੱਤਾ ਜਾਏਗਾ। ਸੂਚਨਾ ਤੇ ਪ੍ਰਸਾਰਣ ਸਕੱਤਰ ਸੰਜੇ ਜਾਜੂ ਨੇ ਸਾਰੇ মিডিਆ ਯੂਨਿਟਾਂ ਨਾਲ ਵਿਸ਼ੇਸ਼ ਮੁਹਿੰਮ 4.0 ਦੀ ਪ੍ਰਤੀਦੀ ਸਮੀਖਿਆ ਕਰਨ ਲਈ ਮੀਟਿੰਗ ਕੀਤੀ।